ਮੈਂ ਬਲਵੀਰ ਸਿੰਘ ਚੀਮਾ, ਸਟੇਟ ਪ੍ਰੈਜ਼ੀਡੈਂਟ ਸ਼੍ਰੋਮਣੀ ਰੰਗਰੇਟਾ ਦਲ ਪੰਜਾਬ ਔਰ ਚੇਅਰਮੈਨ ਨਿਹੰਗ ਸਿੰਘ ਜਥੇਬੰਦੀਆਂ ਦਸ਼ਮੇਸ਼ ਤਰਨਾ ਦਲ ਤੋਂ, ਜਿਹੜੀ ਇੱਕ ਬਹੁਤ ਹੀ ਦੁਖਦਾਈ ਘਟਨਾ ਮੈਂ ਪ੍ਰੈਸ ਦੇ ਮਾਧਿਅਮ ਰਾਹੀਂ ਜ਼ਿਕਰ ਕਰਨਾ ਚਾਹੁੰਦਾ ਹਾਂ ਔਰ ਪੰਜਾਬ ਦੇ ਮੁੱਖ ਮੰਤਰੀ ਔਰ ਇਨਸਾਫ ਪਸੰਦ ਲੋਕਾਂ ਤੱਕ ਪਹੁੰਚਾਉਣੀ ਚਾਹੁੰਦਾ। ਕੋਈ 4 ਮਹੀਨੇ ਤੋਂ ਇੱਕ ਬੀਬੀ ਜਨਕ ਹੈ, ਇਹਦਾ ਬੇਟਾ ਬਲਦੇਵ, ਜਿਹੜਾ 3 ਹੋਸਪਿਟਲ ਪਹੁੰਚ ਚੁੱਕਾ, ਅੱਜ ਉਹਦੀ ਮਤਲਬ 5 ਵਜੇ ਸਵੇਰੇ ਡੈਥ ਹੋ ਗਈ ਹੈ। ਇਲਾਜ ਨਹੀਂ ਵਿਚਾਰੀ ਕਰਵਾ ਸਕੀ, ਬੜੀ ਗਰੀਬ ਸੰਸਥਾਵਾਂ ਨੇ ਇਲਾਜ ਉਹਦਾ ਕਰਵਾਇਆ, ਪੈਸੇ ਦਿੱਤੇ ਔਰ ਇਹਦੇ ਦੱਸਣ ਮੁਤਾਬਕ ਇਹ ਸੱਟ ਜਿਹੜੀ ਆ ਇਹਦੇ ਭਣਵਈਏ ਨੇ ਮਾਰੀ ਆ, ਬਹਾਨੇ ਨਾਲ ਲੈ ਕੇ ਆਇਆ 1 ਮਹੀਨੇ ਲਈ। ਉਹਦੇ ਬੱਚੇ ਜਿਹੜੇ ਆ ਉਹ ਨਸ਼ਈ ਸੀ, ਉਹ ਕਿਤੇ ਨਸ਼ਾ ਕਰਦੇ ਦੇਖ ਲਿਆ, ਇਸ ਬੱਚੇ ਨੇ ਮੂਵੀ ਬਣਾ ਲਈ ਤਾਂ ਉਹ ਮੂਵੀ ਦੇ ਵਾਰ ਜ਼ਰੀਏ ਹੀ ਇਸ ਬੱਚੇ 'ਤੇ ਸੱਟ ਮਾਰੀ ਗਈ ਆ, ਜੋ ਇਹ ਜਨਕ ਦੱਸ ਰਹੀ ਆ ਬੀਬੀ। ਪ੍ਰਸ਼ਾਸਨ ਦੇ ਮੁਤਾਬਕ ਜਿਹੜਾ ਇਨਵੈਸਟੀਗੇਸ਼ਨ ਅਫਸਰ ਆ ਬਲਵੀਰ ਸਿੰਘ ਢਿਲਮਾ ਥਾਣੇ ਦਾ, ਉਹ ਕਹਿੰਦਾ ਵੀ ਐਕਸੀਡੈਂਟਲ ਕੇਸ ਆ। ਅਗਰ ਐਕਸੀਡੈਂਟਲ ਕੇਸ ਵੀ ਆ ਤਾਂ ਉਹਦੀ ਹਾਲੇ ਤੱਕ ਰਿਪੋਰਟ ਕਿਉਂ ਨਹੀਂ ਬਣੀ? ਜਿੱਥੇ ਦਾ ਵਾਕਿਆ ਦੱਸਿਆ, ਬੜੇ ਰੱਛ ਵਾਲਾ ਵਾਕਿਆ ਆ ਟੂਲ ਪਲਾਜ਼ੇ ਦੇ ਲਾਗੇ, ਔਰ ਜਿਨ੍ਹਾਂ ਦੇ ਘਰ ਦੇ ਵਿੱਚ ਕੰਮ ਕਰਦਾ ਸੀ ਜਾਂ ਇਹਦਾ ਰਿਸ਼ਤੇਦਾਰ, ਕੋਈ ਵੀ ਇਹਦਾ ਮਗਰ ਨਹੀਂ ਆਇਆ ਸਵਾਏ ਦੇ ਭਰਾ ਤੋਂ। ਇਹਦਾ ਭਰਾ ਆਇਆ, ਉਹ 20,000 ਰੁਪਇਆ ਦੇ ਕੇ ਕਸ਼ਮੀਰਾ ਸਿੰਘ ਹੋਸਪਿਟਲ ਦਾਖਲ ਕਰਵਾ ਕੇ ਆਇਆ। ਉਸ ਤੋਂ ਬਾਅਦ ਜਿਹੜੀ ਦਸ਼ਾ ਇਸ ਬੀਬੀ ਦੀ ਅਸੀਂ ਦੇਖੀ ਹੈ, ਰੋਟੀ ਵੀ ਮੰਗ ਕੇ ਖਾਂਦੀ ਰਹੀ ਆ। ਅਸੀਂ ਜਦੋਂ ਸੰਸਥਾਵਾਂ ਨੂੰ ਪਤਾ ਲੱਗਾ ਇਸ ਵਿਚਾਰੀ ਦੀ ਹੈਲਪ ਕੀਤੀ ਆ, ਅੱਜ ਮੈਂ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ, SSP ਕਪੂਰਥਲਾ ਨੂੰ ਇਹ ਬੇਨਤੀਆਂ ਕੀਤੀਆਂ ਗਈਆਂ, ਜਿਹਦੀ ਇਨਕੁਆਇਰੀ ਸੁਹਾਨਪੁਰ ਥਾਣੇ ਦੇ SHO ਨੂੰ ਲਾਈ ਗਈ ਆ। ਹਾਲੇ ਤੱਕ ਕੋਈ ਵੀ ਕਾਰਵਾਈ ਸਿਰੇ ਨਹੀਂ ਚੜ੍ਹੀ, ਲੇਕਿਨ ਅੱਜ ਦੁੱਖ ਨਾਲ ਕਹਿਣਾ ਪੈ ਰਿਹਾ ਉਹ ਬੱਚਾ ਜਿਹੜਾ ਉਹਦੀ ਮੌਤ ਹੋ ਚੁੱਕੀ ਆ। ਇੱਕੋ ਇੱਕ ਇਹਦਾ ਸਹਾਰਾ ਸੀ, ਪਤੀ ਇਹਦਾ ਸਿਰ 'ਤੇ ਨਹੀਂ, ਇੱਕ ਬੇਟੀ ਦਾ ਇੱਕ ਬੇਟਾ ਸੀਗਾ, ਬੇਟਾ ਅੱਜ ਇਹਦਾ ਡੈਥ ਹੋ ਚੁੱਕੀ ਆ। ਮੈਂ ਪ੍ਰਸ਼ਾਸਨ ਤੋਂ, ਪੰਜਾਬ ਗੌਰਮੈਂਟ ਤੋਂ ਇਹ ਮੰਗ ਕਰਦਾ ਕਿ ਇਹਨੂੰ ਇਨਸਾਫ ਦਵਾਇਆ ਜਾਵੇ। ਜਿਹੜਾ ਆਵਾਜ਼ ਉੜਨਾ ਸੀ ਉਹ ਤਾਂ ਉੜ ਗਿਆ, ਲੇਕਿਨ ਜੋ ਇਹ ਘਟਨਾ ਇਸ ਬੱਚੇ ਨਾਲ ਹੋਈ ਆ, ਉਹ ਐਕਸੀਡੈਂਟਲ ਆ, ਉਹ ਸੱਟ ਮਾਰੀ ਗਈ ਆ, ਉਹਦੀ ਇਨਕੁਆਇਰੀ ਕਰਕੇ ਪਰਚਾ ਦਰਜ ਕਰਕੇ ਦੋਸ਼ੀਆਂ ਨੂੰ ਜਿਹੜਾ ਉਹ ਅਰੈਸਟ ਕੀਤਾ ਜਾਵੇ।